ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਰੌਲਾ ਪਾਇਆ ਗਿਆ ਜਸਪਾਲ ਸਿੰਘ ਅਟਵਾਲ ਦਾ ਜਿਹੜਾ ਮਸਲਾ ਉਹ ਉਛਾਲਿਆ ਗਿਆ, ਕਿਉਂਕਿ ਜਦੋਂ ਵੀ ਕੋਈ ਪੋਜ਼ੀਟਿਵ ਗੱਲ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਹਰਜੀਤ ਸਿੰਘ ਸੱਜਣ ਵਰਗੇ ਜਾਂ ਹੋਰ ਵੀ ਸਿੱਖ ਬਹੁਤ ਦੂਰ ਦੇ ਨਾਲ ਫੇਰੀ 'ਤੇ ਗਏ ਸੀ ਅਤੇ ਉਹ ਏਜੰਸੀਆਂ ਤੋਂ ਜਰਿਆ ਨਹੀਂ ਗਿਆ, ਬੜਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ। ਇੱਥੇ ਹੀ ਬੱਸ ਲਈ ਜਦੋਂ ਕਨੇਡਾ ਦੇ ਵਿੱਚ ਵੀ ਆਇਆ ਅਤੇ ਇੱਥੇ ਪਾਰਲੀਮੈਂਟ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਅਗਵਾਈ ਜਿਹੜੀ ਸੀਗੀ ਸਾਡੇ ਕਹਿਲਗਿਰੀ ਦੇ ਜਿਹੜੇ ਐਮ ਪੀ ਦੀਪਕ ਓਬਰਾਏ ਵੱਲੋਂ ਕੀਤੀ ਗਈ ਅਤੇ ਖਾਲਿਸਤਾਨੀ ਟੈਰਰਿਜ਼ਮ ਦੇ ਨਾਂ 'ਤੇ ਜਿਹੜਾ ਮੁੱਦਾ ਲਿਆਉਣ ਦੀ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਸਿੱਖਾਂ ਦਾ ਪ੍ਰੈਸ਼ਰ ਪਿਆ, ਉਹ ਉਹਨਾਂ ਨੇ ਵਿਦਡਰਾਅ ਤਾਂ ਕਰ ਲਿਆ, ਪਰ ਜੇ ਤੁਸੀਂ ਥੋੜ੍ਹਾ ਜਿਹਾ ਹਿਸਟਰੀ 'ਤੇ ਝਾਤ ਮਾਰੋ ਅਤੇ ਕਤਲੇਆਮ ਵੀ ਸਿੱਖਾਂ ਦਾ ਹੋਇਆ ਦਿੱਲੀ ਦੇ ਵਿੱਚ, ਅੱਜ ਤੱਕ ਇੱਕ ਵੀ ਸਜ਼ਾ ਨਹੀਂ ਹੋਈ। ਅਤੇ ਮੋਦੀ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ, 3000 ਤੋਂ ਵੱਧ ਉੱਥੇ ਮੁਸਲਮਾਨਾਂ ਦਾ ਕਤਲ ਹੋਇਆ, ਈਸਾਈ ਪਾਦਰੀਆਂ ਦਾ ਜਿਹੜਾ ਹਿੰਦੂ ਅੱਤਵਾਦੀ ਜਥੇਬੰਦੀਆਂ ਵੱਲੋਂ ਕਤਲ ਹੁੰਦਾ ਹੈ, ਅੱਜ ਤੱਕ ਕੋਈ ਕਿਸੇ ਨੂੰ ਸਜ਼ਾ ਨਹੀਂ ਮਿਲੀ। ਅਤੇ ਸਿੱਖ ਸਜ਼ਾ ਜਿਹਨਾਂ ਦੀ ਪੂਰੀ ਵੀ ਹੋ ਚੁੱਕੀ, ਅੱਜ ਵੀ ਉਹ ਜੇਲ੍ਹਾਂ ਦੇ ਵਿੱਚ ਰੋਲ ਰਹੇ ਨੇ ਅਤੇ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਹਾਂ। ਮੇਰੀ ਬੇਨਤੀ ਹੈ ਕਿ ਦੀਪਕ ਓਬਰਾਏ ਹੁਣ ਜਿਹੜਾ ਸਾਊਥ ਈਸਟ ਦੇ ਵਿੱਚ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਹੈ, ਸਿੱਖ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਅਤੇ ਨਾਲ ਹੀ ਜਿਹੜੀ ਅਸੀਂ ਨਗਰ ਕੀਰਤਨ ਆਪਣਾ 12 ਮਈ ਨੂੰ ਹੋ ਰਿਹਾ, ਉਹਦੇ ਵਿੱਚ ਅਸੀਂ ਸਾਰੇ ਨੂੰ ਇਨਵੀਟੇਸ਼ਨ ਭੇਜੀ ਸੀ, ਦੀਪਕ ਓਬਰਾਏ ਨੂੰ ਭੇਜੀ ਸੀ, ਅਤੇ ਅਸੀਂ ਉਹ ਜਿਹੜੀ ਇਨਵੀਟੇਸ਼ਨ ਹੈ ਉਹ ਕੈਂਸਲ ਕਰ ਰਹੇ ਹਾਂ ਅਤੇ ਉਹਨੂੰ ਜਾਣੂ ਕਰਾਵਾਂਗੇ ਕਿ ਜੋ ਤੂੰ ਕਰ ਰਿਹਾ ਇਹ ਸਿੱਖ ਐਪਰੀਸ਼ੀਏਟ ਨਹੀਂ ਕਰਦੇ, ਐਪਰੀਸ਼ੀਏਟ ਨਹੀਂ ਕਰਕੇ ਤੇਰੀ ਵਿਰੋਧਤਾ ਵੀ ਕੀਤੀ ਜਾਊਗੀ। ਮੈਂ ਸਿੱਖਾਂ ਨੂੰ ਸਾਰੇ ਇੱਥੇ ਕਹਿਲ ਦੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਅਤੇ ਬਾਕੀ ਸਾਡੇ